ਬਹੁਤ ਵੱਡੀ ਗਲਤੀ ਹੈ ਜਿਹੜਾ ਮੇਰੇ ਤੋਂ ਇਹ ਕੰਮ ਹੋਇਆ, ਅਤੇ ਮੈਂ ਇਹਦੀ ਪੰਥ ਕੋ ਗੁਰੂ ਪੰਥ ਕੋ ਮੈਂ ਮਾਫ਼ੀ ਮੰਗਦਾ ਹਾਂ। ਕੋਈ ਵੀ ਨਿਹੰਗ ਸਿੰਘ ਗਾਹ ਤੋਂ ਵੀ ਧਿਆਨ ਦੇਵੇ, ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਾਣਾ ਪਾ ਕੇ ਕੋਈ ਕਿਰਾਇਤ ਕਰਦਾ ਹੈ, ਕੋਈ ਨਿਹੰਗ ਸਿੰਘ ਦਾਰੂ ਪੀਂਦਾ ਜਾਂ ਕੋਈ ਹੋਰ ਕਿਰਾਇਤ ਕਰਦਾ, ਉਹਨੂੰ ਪੰਥ ਵੱਲੋਂ ਸਜ਼ਾ ਲਾਈ ਜਾਣੀ ਚਾਹੀਦੀ। ਅਤੇ ਆਉਣ ਜਾਣ ਜਾਣੇ ਜੋ ਹੋਗਾ ਜੀ, ਚਾਂਚਾ ਹੋ ਗਿਆ, ਕੋਈ ਹੈ ਨਹੀਂ ਵੀ ਅਸੀਂ ਕੋਈ ਭੰਗੜਾ ਪਾਵਾਂਗੇ ਉੱਥੇ ਜਾ ਕੇ। ਹਾਂਜੀ, ਇਹ ਤਾਂ ਕੋਈ ਮੇਰੇ ਕਰਮਾਂ ਦਾ ਹੀ ਕੋਈ ਚੱਕਰ ਹੀ। ਅਤੇ ਨਿਹੰਗ ਸਿੰਘ ਤੋਂ ਫੌਜੀ ਨਿਹੰਗ ਸਿੰਘ ਆਨੰਦਪੁਰ ਸਾਹਿਬ ਤੋਂ ਇਹਨਾਂ ਨੂੰ ਲੈ ਕੇ ਆਏ ਸਜ਼ਾ ਦੇਣ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮੋਹਾਲੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨਗਰ, ਸਾਰੀ ਸੰਗਤ ਨੂੰ ਪਤਾ ਹੈ ਕਿ ਇਹ 2.5 ਸਾਲ ਤੋਂ ਮੋਰਚਾ ਚੱਲਦਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਅੱਜ ਉੱਥੇ ਇੱਕ ਬੜਾ ਵੱਡਾ ਵਿਸ਼ਾ ਸੀਗਾ, ਤੁਸੀਂ ਕੁਝ ਦਿਨ ਪਹਿਲਾਂ ਦੇਖਿਆ ਹੋਣਾ, ਨਿਹੰਗ ਸਿੰਘ ਬਾਣੇ ਦੇ ਵਿੱਚ ਬੜਾ ਤਿਆਰ ਪ੍ਰਤਿਆਰ ਨਿਹੰਗ ਸਿੰਘ, ਜਿਹੜਾ ਕਿ ਈਸਾਈਆਂ ਦੇ ਕ੍ਰਿਸਚਨਾਂ ਦੇ ਵਿਆਹ ਦੇ ਵਿੱਚ ਉਹਦੀ ਨੱਚਦੇ ਦੀ ਵੀਡੀਓ ਵਾਇਰਲ ਹੋ ਗਈ ਸੀਗੀ। ਅੱਜ ਆਪਣੇ ਨਿਹੰਗ ਸਿੰਘ ਆਨੰਦਪੁਰ ਸਾਹਿਬ ਤੋਂ ਨਾਲ ਹੋਰ ਨਿਹੰਗ ਸਿੰਘ ਉਹਨਾਂ ਨੂੰ ਇੱਥੇ ਲੈ ਕੇ ਆਏ ਆ, ਕਿਉਂਕਿ ਬੜਾ ਵੱਡਾ ਵਿਸ਼ਾ ਸੀਗਾ ਨਿਹੰਗ ਸਿੰਘ ਫੌਜਾਂ ਵੱਲੋਂ ਵੀ ਹੋਰ ਪੰਥ ਦੇ ਸੂਝਵਾਨ ਵੱਲੋਂ ਵੀ ਇੱਕ ਬਾਣਾ ਪਾ ਕੇ, ਕਿਉਂਕਿ ਬਾਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੈ, ਕਿਉਂ ਖਾਲਸਾ ਮੇਰੇ ਰੂਪ ਹੈ, ਖਾਸ ਖਾਲਸਾ ਮੈਂ ਕਰੋ ਨਿਵਾਸ, ਜਦ ਤੱਕ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਹੂ ਮੈਂ ਸਾਰਾ, ਜਬ ਇਹ ਕਰੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਉਹੀ ਅੱਜ ਇਹ ਨਿਹੰਗ ਸਿੰਘ ਸਾਡੇ ਨੇ ਜਿਹੜਾ ਕਿ ਆਨੰਦਪੁਰ ਸਾਹਿਬ ਤੋਂ ਉਹਨਾਂ ਨੇ ਗਲਤੀ ਕੀਤੀ, ਨਿਹੰਗ ਸਿੰਘ ਫੌਜਾਂ ਅੱਜ ਉਹਨਾਂ ਨੂੰ ਇੱਥੇ ਲੈ ਕੇ ਆਈਆਂ, ਉਹਨਾਂ ਨੂੰ ਪੰਥ ਵੱਲੋਂ ਜਿਹੜੀਆਂ ਪੰਥ ਦੀਆਂ ਸਜਾਵਾਂ ਹੁੰਦੀਆਂ ਨੇ ਉਹ ਸਜਾਵਾਂ ਪੰਥ ਵੱਲੋਂ ਲਾਈਆਂ ਵੀ ਜਾਣਗੀਆਂ, ਕਿਉਂਕਿ ਜਿਹੜੀ ਆਪਾਂ ਬਾਣਾ ਪਾ ਕੇ ਇੱਡੀ ਵੱਡੀ ਗਲਤੀ ਕਰਨੀ, ਕਿਉਂਕਿ ਆਪਣੇ ਧਰਮ 'ਚੋਂ ਬਾਹਰ ਜਾਣਾ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਾਣਾ ਹੈ, ਉਹਨਾਂ ਨੇ ਇੱਕ ਈਸਾਈਆਂ ਦੇ ਵਿਆਹ 'ਚ ਜਾ ਕੇ ਜਿਹੜਾ ਨੱਚੇ ਬਾਣਾ ਪਾ ਕੇ ਥੋੜ੍ਹਾ ਬਹੁਤ ਜੋ ਵੀ ਹੈ, ਅੱਜ ਸਾਰੇ ਫੌਜ ਉਹਨਾਂ ਨੂੰ ਲੈ ਕੇ ਆਈ ਇੱਥੇ ਸਜ਼ਾ ਲਾਉਣ ਵਾਸਤੇ, ਸਜ਼ਾ ਵੀ ਲਾਈ ਗਈ ਪੰਥ ਵੱਲੋਂ। ਅੱਜ ਤੁਸੀਂ ਉਹਨਾਂ ਦੇ ਵੀ ਮਿਲ ਸਕਦੇ ਜੇ ਮਾੜਾ ਜਿਹਾ ਬਾਬਾ ਜੀ ਨੂੰ। ਅਤੇ ਬਾਬਾ ਜੀ, ਜਿਹੜਾ ਈਸਾਈਆਂ ਦੇ ਵਿਆਹ ਦੇ ਵਿੱਚ ਭੰਗੜਾ ਪਾਇਆ ਗਿਆ, ਇਹਦਾ ਤੁਸੀਂ ਕੀ ਕਾਰਨ? ਉੱਥੇ ਗਲਤ ਹੋ ਗਿਆ, ਗਲਤੀ ਹੈ, ਹਾਂਜੀ ਬਹੁਤ ਵੱਡੀ ਗਲਤੀ ਹੈ ਜਿਹੜਾ ਮੇਰੇ ਤੋਂ ਇਹ ਕੰਮ ਹੋਇਆ, ਅਤੇ ਮੈਂ ਇਹਦੀ ਪੰਥ ਕੋ ਗੁਰੂ ਪੰਥ ਕੋ ਮੈਂ ਮਾਫ਼ੀ ਮੰਗਦਾ ਹਾਂ। ਹਾਂਜੀ, ਪੰਥ ਬਖਸ਼ਣ ਯੋਗ ਹੈ, ਜੋ ਵੀ ਸਿੱਖ ਸੰਗਤਾਂ ਦੇਸਾਂ ਵਿਦੇਸਾਂ ਵਿੱਚ ਜਿੱਥੇ ਵੀ ਜਿਹਦੇ ਵੀ ਮਨ ਨੂੰ ਇਹ ਠੇਸ ਪਹੁੰਚੀ ਆ, ਮੈਂ ਸਾਰਿਆਂ ਕੋ ਮਾਫ਼ੀ ਮੰਗਦਾ ਹਾਂ, ਉਹ ਸਾਰਿਆਂ ਦਾ ਰੀਣੀ ਹਾਂ ਵੀ ਅੱਗੇ ਵਾਸਤੇ ਇਹੋ ਜਿਹੀ ਗਲਤੀ ਨਾ ਕਰਾਂਗਾ ਅਤੇ ਨਾ ਹੋਊਗੀ ਜ਼ਿੰਦਗੀ ਦੇ ਵਿੱਚ। ਅਤੇ ਸਾਰੇ ਜੋ ਸਿੱਖ ਪੰਥ ਨੇ ਜੋ ਮੈਨੂੰ ਤਨਖਾਹ ਲਾਈ ਲਾਉਣਗੇ ਉਹ ਸਿਰ ਮੱਥੇ ਆ ਮੈਂ ਝੱਲਾਂਗਾ, ਅਤੇ ਸਾਰਿਆਂ ਸੰਗਤਾਂ ਸੰਗਤ ਗੁਰੂ ਰੂਪ ਸਾਧ ਸੰਗਤਾਂ ਕੋਲ ਮੈਂ ਮਾਫ਼ੀ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਜਿਵੇਂ ਤੁਹਾਨੂੰ ਪਤਾ ਕਿ ਜਿਵੇਂ ਪੰਜਾਬ 'ਚ ਗੱਲਾਂ ਹੁੰਦੀਆਂ ਨੇ ਕਿ ਆਪਣੇ ਪੰਜਾਬੀ ਸਿੱਖ ਪਰਿਵਰਤਨ ਦਾ ਮਤਲਬ ਪਰਿਵਰਤਨ ਹੋ ਰਿਹਾ ਹੈ, ਇਹ ਤੁਸੀਂ ਜਾਣਦੇ ਸੀ ਇਸ ਚੀਜ਼ ਨੂੰ, ਫਿਰ ਵੀ ਤੁਸੀਂ ਇਹ ਚੀਜ਼ ਮਤਲਬ ਭੰਗੜਾ? ਇਹ ਅਣਜਾਣ ਜਾਣੇ 'ਚ ਹੋ ਗਿਆ ਜੀ, ਚਾਂਚਾ ਹੋ ਗਿਆ, ਕੋਈ ਹੈ ਨਹੀਂ ਵੀ ਅਸੀਂ ਕੋਈ ਭੰਗੜਾ ਪਾਵਾਂਗੇ ਉੱਥੇ ਜਾ ਕੇ। ਹਾਂਜੀ, ਇਹ ਤਾਂ ਕੋਈ ਮੇਰੇ ਕਰਮਾਂ ਦਾ ਹੀ ਕੋਈ ਚੱਕਰ ਹੀ ਜਿਹੜਾ ਵੀ ਮੈਨੂੰ ਇਹ ਲੱਗਣਾ ਸੀ ਅਤੇ ਉਹ ਇਹ ਹੋ ਗਿਆ। ਜਿੱਦਾਂ ਉੱਥੇ ਮੈਨੂੰ ਜ਼ਬਰਦਸਤੀ ਮੁੰਡਿਆ ਇੱਕ ਦੋ ਖੜ੍ਹ ਕੇ ਖਿੱਚ ਕੇ ਜ਼ਬਰਦਸਤੀ ਉਹਨਾਂ ਖੜਿਆ ਮੈਨੂੰ ਬਾਂਹ ਫੜ ਕੇ, ਅਤੇ ਚਲੋ ਮੇਰੇ ਵੀ ਹੋ ਗਈ ਜਿਹੜੀ ਗਲਤੀ, ਮੈਂ ਮਾਫ਼ੀ ਮੰਗਦਾ ਸਾਰੇ ਸਿੱਖ ਸੰਗਤ ਕੋਲ। ਬਾਬਾ ਜੀ, ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਆਉਣ ਦਾ ਕੀ ਕਾਰਨ ਹੈ ਤੁਹਾਡੇ ਸਾਹਿਬ? ਕਾਰਨ ਇਹੀ, ਹੁਣ ਇਸੇ ਕਾਰਨ ਹੀ ਆਏ ਹਾਂ ਵੀ ਇੱਥੋਂ ਮਾਫ਼ੀ ਮੰਗਣੀ ਆਏ ਹਾਂ ਦਲ ਪੰਥ ਕੋਲ। ਹਾਂਜੀ, ਬਾਕੀ ਅੱਜ ਤੁਸੀਂ ਚੱਲਦਾ ਘੁੰਮਿਆ?
ਸਾਰਿਆਂ ਨੂੰ ਪਤਾ ਜੀ ਆ ਦੇਖੋ ਸਾਰੀਆਂ ਨਿਹੰਗ ਸਿੰਘ ਫੌਜਾਂ ਖੜੀ ਆ, ਸਾਰੇ ਬੰਦੀ ਸਿੰਘਾਂ ਦਾ ਬੜੀ ਚੜ੍ਹਦੀ ਕਲਾ 'ਚ ਸੰਯੋਗ ਕਰਦੇ ਨੇ ਸਾਡੇ ਨਾਲ। ਜਹੇਦਰ ਬਾਬਾ ਖੜਕ ਸਿੰਘ ਜੀ ਇਹ ਵੀ ਦਲ ਪਾਉਂਦੇ ਜਹੇਦਾਰ ਨੇ, ਬਾਕੀ ਇੱਧਰ ਬਾਬਾ ਦਰਬਾਰਾ ਸਿੰਘ ਜੀ ਆ, ਬਾਬਾ ਜੀ, ਸਾਰੀਆਂ ਫੌਜਾਂ ਜਿੰਨੀਆਂ ਵੀ ਅਤੇ ਨਿਹੰਗ ਸਿੰਘ ਤੋਂ ਫੌਜ ਨਿਹੰਗ ਸਿੰਘ ਆਨੰਦਪੁਰ ਸਾਹਿਬ ਤੋਂ ਇਹਨਾਂ ਨੂੰ ਲੈ ਕੇ ਆਏ ਸਜ਼ਾ ਦੇਣ ਵਾਸਤੇ। ਉਹ ਸਜ਼ਾ ਪੰਥ ਵੱਲੋਂ ਅੱਜ ਇਹਨਾਂ ਨੂੰ ਜਿਹੜੀਆਂ ਸਜ਼ਾਵਾਂ ਲਾਈਆ ਜਾ ਰਹੀ ਹੈ, ਜਿਵੇਂ ਕਿ ਘੋੜਿਆਂ ਦੀ ਸੇਵਾ, ਕਿਉਂਕਿ ਜਿਹੜੀ ਪੰਥ ਦੀ ਮਰਿਆਦਾ ਅਤੇ ਦਲ ਪੰਥ ਦੇ ਵਿੱਚ ਇਹ ਸੇਵਾ ਵੀ ਕਰਨਗੇ ਜਿੰਨੀ ਪੰਥ ਵੱਲੋਂ ਲਾਈ ਗਈ ਮਹੀਨੇ ਦੀ, ਦੋ ਮਹੀਨੇ ਦੀ, ਹੋਰ ਜਿਹੜੇ ਦਲ ਪੰਥ ਵੱਲੋਂ ਵਿਵੇਕ ਲਾਏ ਜਾਣਗੇ, ਕਿਉਂਕਿ ਕੋਈ ਵੀ ਨਿਹੰਗ ਸਿੰਘ ਗਾਹ ਤੋਂ ਵੀ ਧਿਆਨ ਦੇਵੇ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਾਣਾ ਪਾ ਕੇ ਕੋਈ ਕਿਰਾਇਤ ਕਰਦਾ ਹੈ, ਕੋਈ ਨਿਹੰਗ ਸਿੰਘ ਦਾਰੂ ਪੀਂਦਾ ਜਾਂ ਕੋਈ ਹੋਰ ਕਿਰਾਇਤ ਕਰਦਾ, ਉਹਨੂੰ ਪੰਥ ਵੱਲੋਂ ਸਜ਼ਾ ਲਾਈ ਜਾਣੀ ਚਾਹੀਦੀ, ਨਾ ਕਿ ਕੋਈ ਕਿਸੇ, ਜਿਵੇਂ ਹੁਣ ਤੁਸੀਂ ਕਮਾਲੀ ਪਿੰਡ ਦਾ ਵਿਵਾਦ ਦੇਖਿਆ ਸੀ, ਇੱਕ ਨਿਹੰਗ ਸਿੰਘ ਦੇ ਪਹਿਲੋਂ ਕਿਸੇ ਨੇ ਦੁਬਾਲਾ ਵਧਾਇਆ, ਕੇਸ ਪੁੱਟੇ, ਬਾਅਦ 'ਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਉਹ ਬੰਦਾ ਗਲਤ ਬੋਲਿਆ ਸੀ, ਫਿਰ ਸਿੰਘਾਂ ਵੱਲੋਂ ਉਹਨੂੰ ਸਜ਼ਾਵਾਂ ਦੂਜੀਆਂ ਵੀ ਦਿੱਤੀਆਂ ਗਈਆਂ। ਇਸ ਕਰਕੇ ਬਾਣੇ ਦਾ ਵੀ ਆਪਾਂ ਸਤਿਕਾਰ ਕਰੋ, ਜਿਹੜਾ ਕੋਈ ਗੁਰੂ ਗੋਬਿੰਦ ਸਿੰਘ ਦੇ ਬਾਣੇ ਵਾਲਾ ਬੜੀ ਚੜ੍ਹਦੀ ਕਲਾ ਦਾ ਸਿੰਘ ਆ ਅਤੇ ਗੁਰੂ ਮਹਾਰਾਜ ਦੀ ਬਾਣੀ ਦਾ ਧਿਆਨ ਦੇਵੇ, ਬਾਣੇ ਦਾ ਧਿਆਨ ਦੇਵੇ, ਕਿਉਂਕਿ ਬਾਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ, ਕਲਗੀਆਂ ਵਾਲੇ ਪਾਤਸ਼ਾਹ ਦਾ ਬਾਣਾ ਹੈ। ਤਕੜੇ ਹੋ ਕੇ ਆਪਾਂ ਬਾਣਾ ਦੀ ਬਾਣੀ ਦੀ ਮਰਿਆਦਾ ਨੂੰ ਸਮਝੀਏ ਅਤੇ ਚੜ੍ਹਦੀ ਕਲਾ 'ਚ ਰਹਿ ਕੇ ਆਪਾਂ ਬੰਦੀ ਸਿੰਘਾਂ ਦਾ ਵੀ ਸਾਥ ਦਈਏ, ਜਿਹੜੇ ਜੇਲ੍ਹਾਂ 'ਚ ਨੇ, ਇੱਥੇ ਗੁਰੂ ਗ੍ਰੰਥ ਸਾਹਿਬ ਦੀ ਵਿਧਵਿਆਂ ਦੇ ਇਨਸਾਫ ਵਾਸਤੇ ਵੀ ਮੋਰਚਾ ਲੱਗਾ ਹੋਏ, ਸਾਰੇ ਆਪਾਂ ਚੜ੍ਹਦੀ ਕਲਾ ਦੀ ਗੱਲ ਕਰੀਏ ਅਤੇ ਬਾਕੀ ਆ ਨਿਹੰਗ ਸਿੰਘ ਜਿਨ੍ਹਾਂ ਨੂੰ ਇੱਥੇ ਪੰਥ ਵੱਲੋਂ ਸਜ਼ਾ ਲਾਈ ਗਈ ਹੈ, ਜਿਹੜੀ ਇਹਨਾਂ ਨੇ ਗਲਤੀ ਕੀਤੀ ਸੀ ਉਹ ਤੁਸੀਂ ਸਾਰੇ ਵੀਡੀਓ 'ਚ ਦੇਖ ਸਕਦੇ ਜੇ, ਅਤੇ ਬੜੀ ਚੜ੍ਹਦੀ ਕਲਾ 'ਚ ਇਹਨਾਂ ਨੂੰ ਅੱਜ ਜਿਹੜੀ ਇਹਨਾਂ ਨੇ ਗਲਤੀ ਕੀਤੀ ਉਹ ਪੰਥ ਵੱਲੋਂ ਸਜ਼ਾਵਾਂ ਲਾਈਆਂ ਗਈਆਂ ਮਰਿਆਦਾ ਅਨੁਸਾਰ, ਅਤੇ ਗਾਂ ਜੇ ਗਲਤੀ ਕਰੇਗਾ ਗਾਂ ਤੋਂ ਸੰਗਲ ਵੀ ਲਾਇਆ ਜਾਏਗਾ ਪੰਥ ਵੱਲੋਂ, ਅਤੇ ਸਾਰੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮੋਹਾਲੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨਗਰ, ਸਾਰੀ ਸੰਗਤ ਨੂੰ ਪਤਾ ਹੈ ਕਿ ਇਹ 2.5 ਸਾਲ ਤੋਂ ਮੋਰਚਾ ਚੱਲਦਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਅੱਜ ਉੱਥੇ ਇੱਕ ਬੜਾ ਵੱਡਾ ਵਿਸ਼ਾ ਸੀਗਾ, ਤੁਸੀਂ ਕੁਝ ਦਿਨ ਪਹਿਲਾਂ ਦੇਖਿਆ ਹੋਣਾ ਨਿਹੰਗ ਸਿੰਘ ਬਾਣੇ ਦੇ ਵਿੱਚ ਬੜਾ ਤਿਆਰ ਪ੍ਰਤਿਆਰ ਨਿਹੰਗ ਸਿੰਘ, ਜਿਹੜਾ ਕਿ ਈਸਾਈਆ ਦੇ ਕ੍ਰਿਸਚਨਾਂ ਦੇ ਵਿਆਹ ਦੇ ਵਿੱਚ ਉਹਦੀ ਨੱਚਦੇ ਦੀ ਵੀਡੀਓ ਵਾਇਰਲ ਹੋ ਗਈ ਸੀਗੀ, ਅੱਜ ਆਪਣੇ ਨਿਹੰਗ ਸਿੰਘ ਆਨੰਦਪੁਰ ਸਾਹਿਬ ਤੋਂ ਨਾਲ ਹੋਰ ਨਿਹੰਗ ਸਿੰਘ ਉਹਨਾਂ ਨੂੰ ਇੱਥੇ ਲੈ ਕੇ ਆਏ ਆ, ਕਿਉਂਕਿ ਬੜਾ ਵੱਡਾ ਵਿਸ਼ਾ ਸੀਗਾ ਨਿਹੰਗ ਸਿੰਘ ਫੌਜਾਂ ਵੱਲੋਂ ਵੀ ਹੋਰ ਪੰਥ ਦੇ ਸੂਝਵਾਨ ਵੱਲੋਂ ਵੀ ਇੱਕ ਬਾਣਾ ਪਾ ਕੇ, ਕਿਉਂਕਿ ਬਾਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੈ, ਕਿਉਂ ਖਾਲਸਾ ਮੇਰੇ ਰੂਪ ਹੈ ਖਾਸ ਖਾਲਸਾ ਮੈਂ ਕਰੋ ਨਿਵਾਸ, ਜਦ ਤੱਕ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਹੂ ਮੈਂ ਸਾਰਾ, ਜਾਬੇ ਕਰੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਉਹੀ ਅੱਜ ਇਹ ਨਿਹੰਗ ਸਿੰਘ ਸਾਡੇ ਨੇ ਜਿਹੜਾ ਕਿ ਆਨੰਦਪੁਰ ਸਾਹਿਬ ਤੋਂ ਉਹਨਾਂ ਨੇ ਗਲਤੀ ਕੀਤੀ, ਨਿਹੰਗ ਸਿੰਘ ਫੌਜਾਂ ਅੱਜ ਉਹਨਾਂ ਨੂੰ ਇੱਥੇ ਲੈ ਕੇ ਆਈਆਂ, ਉਹਨਾਂ ਨੂੰ ਪੰਥ ਵੱਲੋਂ ਜਿਹੜੀਆਂ ਪੰਥ ਦੀਆਂ ਸਜ਼ਾਵਾਂ ਹੁੰਦੀਆਂ ਨੇ ਉਹ ਸਜ਼ਾਵਾਂ ਪੰਥ ਵੱਲੋਂ ਲਾਈਆਂ ਵੀ ਜਾਣਗੀਆਂ, ਕਿਉਂਕਿ ਜਿਹੜੀ ਆਪਾਂ ਬਾਣਾ ਪਾ ਕੇ ਇੱਡੀ ਵੱਡੀ ਗਲਤੀ ਕਰਨੀ, ਕਿਉਂਕਿ ਆਪਣੇ ਧਰਮ 'ਚੋਂ ਬਾਹਰ ਜਾਣਾ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਾਣਾ ਹੈ, ਉਹਨਾਂ ਨੇ ਇੱਕ ਈਸਾਈਆਂ ਦੇ ਵਿਆਹ 'ਚ ਜਾ ਕੇ ਜਿਹੜਾ ਨੱਚੇ ਬਾਣਾ ਪਾ ਕੇ ਥੋੜ੍ਹਾ ਬਹੁਤ ਜੋ ਵੀ ਹੈ, ਅੱਜ ਸਾਰੇ ਫੌਜ ਉਹਨਾਂ ਨੂੰ ਲੈ ਕੇ ਆਈ ਇੱਥੇ ਸਜ਼ਾ ਲਾਉਣ ਵਾਸਤੇ, ਸਜ਼ਾ ਵੀ ਲਾਈ ਗਈ ਪੰਥ ਵੱਲੋਂ। ਅੱਜ ਤੁਸੀਂ ਉਹਨਾਂ ਦੇ ਵੀ ਮਿਲ ਸਕਦੇ ਜੇ ਮਾੜਾ ਜਿਹਾ ਬਾਬਾ ਜੀ ਨੂੰ, ਅਤੇ ਬਾਬਾ ਜੀ ਜਿਹੜਾ ਈਸਾਈਆਂ ਦੇ ਵਿਆਹ ਦੇ ਵਿੱਚ ਭੰਗੜਾ ਪਾਇਆ ਗਿਆ, ਇਹਦਾ ਤੁਸੀਂ ਕੀ ਕਾਰਨ? ਉੱਥੇ ਗਲਤ ਹੋ ਗਿਆ, ਗਲਤੀ ਹੈ, ਹਾਂਜੀ ਬਹੁਤ ਵੱਡੀ ਗਲਤੀ ਹੈ ਜਿਹੜਾ ਮੇਥੋਂ ਇੱਕ ਕੰਮ ਹੋਇਆ, ਅਤੇ ਮੈਂ ਇਹਦੀ ਪੰਥ ਕੋ, ਗੁਰੂ ਪੰਥ ਕੋ ਮੈਂ ਮਾਫੀ ਮੰਗਦਾ ਹਾਂ, ਹਾਂਜੀ ਪੰਥ ਬਖਸ਼ਣ ਯੋਗ ਹੈ,
ਜੋ ਵੀ ਸਿੱਖ ਸੰਗਤਾਂ ਦੇਸਾਂ ਵਿਦੇਸਾਂ ਵਿੱਚ ਜਿੱਥੇ ਵੀ ਜਿਹਦੇ ਵੀ ਮਨ ਨੂੰ ਇਹ ਠੇਸ ਪਹੁੰਚੀ ਆ, ਮੈਂ ਸਾਰਿਆਂ ਕੋਲ ਮਾਫ਼ੀ ਮੰਗਦਾ ਹਾਂ। ਉਹ ਸਾਰਿਆਂ ਦਾ ਰੀਣੀ ਹਾਂ ਵੀ ਅੱਗੇ ਵਾਸਤੇ ਇਹੋ ਜਿਹੀ ਗਲਤੀ ਨਾ ਕਰਾਂਗਾ ਅਤੇ ਨਾ ਹੋਊਗੀ ਜ਼ਿੰਦਗੀ ਦੇ ਵਿੱਚ। ਅਤੇ ਸਾਰੇ ਜੋ ਸਿੱਖ ਪੰਥ ਨੇ ਜੋ ਮੈਨੂੰ ਤਨਖਾਹ ਲਾਈ ਲਾਉਣਗੇ ਉਹ ਸਿਰ ਮੱਥੇ ਆ, ਮੈਂ ਝੱਲਾਂਗਾ। ਅਤੇ ਸਾਰਿਆਂ ਸੰਗਤਾਂ ਸੰਗਤ ਗੁਰੂ ਰੂਪ ਸਾਧ ਸੰਗਤਾਂ ਕੋਲ ਮੈਂ ਮਾਫ਼ੀ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਜਿਵੇਂ ਤੁਹਾਨੂੰ ਪਤਾ ਕਿ ਜਿਵੇਂ ਪੰਜਾਬ 'ਚ ਗੱਲਾਂ ਹੁੰਦੀਆਂ ਨੇ ਕਿ ਆਪਣੇ ਪੰਜਾਬੀ ਸਿੱਖ ਪਰਿਵਰਤਨ ਦਾ ਮਤਲਬ ਪਰਿਵਰਤਨ ਹੋ ਰਿਹਾ ਹੈ, ਇਹ ਤੁਸੀਂ ਜਾਣਦੇ ਸੀ ਇਸ ਚੀਜ਼ ਨੂੰ, ਫਿਰ ਵੀ ਤੁਸੀਂ ਇਹ ਚੀਜ਼ ਮਤਲਬ ਭੰਗੜਾ ਇਹ ਅਣਜਾਣ ਜਾਣੇ 'ਚ ਹੋ ਗਿਆ ਜੀ, ਚਾਂਚਾ ਹੋ ਗਿਆ, ਕੋਈ ਹੈ ਨਹੀਂ ਵੀ ਅਸੀਂ ਕੋਈ ਭੰਗੜਾ ਪਾਵਾਂਗੇ ਉੱਥੇ ਜਾ ਕੇ। ਹਾਂਜੀ, ਇਹ ਤਾਂ ਕੋਈ ਮੇਰੇ ਕਰਮਾਂ ਦਾ ਹੀ ਕੋਈ ਚੱਕਰ ਸੀ ਜਿਹੜਾ ਵੀ ਮੈਨੂੰ ਇਹ ਲੱਗਣਾ ਸੀ ਅਤੇ ਉਹ ਇਹ ਹੋ ਗਿਆ। ਜਿੱਦਾਂ ਉੱਥੇ ਮੈਨੂੰ ਜ਼ਬਰਦਸਤੀ ਮੁੰਡਿਆ ਇੱਕ ਦੋ ਖੜ੍ਹ ਕੇ ਖਿੱਚ ਕੇ ਜ਼ਬਰਦਸਤੀ ਉਹਨਾਂ ਖੜਿਆ ਮੈਨੂੰ ਬਾਂਹ ਫੜ ਕੇ, ਅਤੇ ਚਲੋ ਮੈਥੋਂ ਵੀ ਹੋ ਗਈ ਜਿਹੜੀ ਗਲਤੀ, ਮਾਫ਼ੀ ਮੰਗਦਾ ਹਾਂ ਸਾਰੇ ਸਿੱਖ ਸੰਗਤ ਕੋਲ। ਬਾਬਾ ਜੀ, ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਆਉਣ ਦਾ ਕੀ ਕਾਰਨ ਹੈ ਤੁਹਾਡੇ ਸਾਹਮਣੇ? ਕਾਰਨ ਇਹੀ, ਹੁਣ ਇਸੇ ਕਾਰਨ ਹੀ ਆਏ ਹਾਂ ਵੀ ਇੱਥੋਂ ਮਾਫ਼ੀ ਮੰਗਣੀ ਆਏ ਹਾਂ ਇਹ ਦਲ ਪੰਥ ਕੋਲ। ਹਾਂਜੀ, ਬਾਕੀ ਅੱਜ ਤੁਸੀਂ ਸਾਰਿਆਂ ਨੂੰ ਪਤਾ ਕਿ ਆ ਦੇਖੋ ਸਾਰੀਆਂ ਨਿਹੰਗ ਸਿੰਘ ਫੌਜਾਂ ਖੜੀਆਂ, ਸਾਰੇ ਬੰਦੀ ਸਿੰਘਾਂ ਦਾ ਬੜੀ ਚੜ੍ਹਦੀ ਕਲਾ 'ਚ ਸੰਯੋਗ ਕਰਦੇ ਨੇ। ਸਾਡੇ ਨਾਲ ਜਹੇਦਰ ਬਾਬਾ ਖੜਕ ਸਿੰਘ ਜੀ, ਇਹ ਵੀ ਦਲ ਪੰਥ ਦੇ ਜਹੇਦਾਰ ਨੇ। ਬਾਕੀ ਇੱਧਰ ਬਾਬਾ ਦਰਬਾਰਾ ਸਿੰਘ ਜੀ ਆ, ਬਾਬਾ ਜੀ, ਸਾਰੀਆਂ ਫੌਜਾਂ ਜਿੰਨੀਆਂ ਵੀ, ਅਤੇ ਨਿਹੰਗ ਸਿੰਘ ਤੋਂ ਫੌਜ ਨਿਹੰਗ ਸਿੰਘ ਅਨੰਦਪੁਰ ਸਾਹਿਬ ਤੋਂ ਇਹਨਾਂ ਨੂੰ ਲੈ ਕੇ ਆਏ ਸਜ਼ਾ ਦੇਣ ਵਾਸਤੇ। ਉਹ ਸਜ਼ਾ ਪੰਥ ਵੱਲੋਂ ਅੱਜ ਇਹਨਾਂ ਨੂੰ ਜਿਹੜੀਆਂ ਸਜ਼ਾਵਾਂ ਲਾਈਆਂ ਜਾ ਰਹੀ ਹੈ, ਜਿਵੇਂ ਕਿ ਘੋੜਿਆਂ ਦੀ ਸੇਵਾ, ਕਿਉਂਕਿ ਜਿਹੜੀ ਪੰਥ ਦੀ ਮਰਿਆਦਾ, ਅਤੇ ਦਲ ਪੰਥ ਦੇ ਵਿੱਚ ਇਹ ਸੇਵਾ ਵੀ ਕਰਨਗੇ ਜਿੰਨੀ ਪੰਥ ਵੱਲੋਂ ਲਾਈ ਗਈ ਮਹੀਨੇ ਦੀ, ਦੋ ਮਹੀਨੇ ਦੀ। ਹੋਰ ਜਿਹੜੇ ਦਲ ਪੰਥ ਵੱਲੋਂ ਵਿਵੇਕ ਲਾਏ ਜਾਣਗੇ, ਕਿਉਂਕਿ ਕੋਈ ਵੀ ਨਿਹੰਗ ਸਿੰਘ ਗਾਹ ਤੋਂ ਵੀ ਧਿਆਨ ਦੇਵੇ, ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਾਣਾ ਪਾ ਕੇ ਕੋਈ ਕਿਰਾਇਤ ਕਰਦਾ ਹੈ, ਕੋਈ ਨਿਹੰਗ ਸਿੰਘ ਦਾਰੂ ਪੀਂਦਾ ਜਾਂ ਕੋਈ ਹੋਰ ਕਿਰਾਇਤ ਕਰਦਾ, ਉਹਨੂੰ ਪੰਥ ਵੱਲੋਂ ਸਜ਼ਾ ਲਾਈ ਜਾਣੀ ਚਾਹੀਦੀ, ਨਾ ਕਿ ਕੋਈ ਕਿਸੇ, ਜਿਵੇਂ ਹੁਣ ਤੁਸੀਂ ਕਮਾਲੀ ਪਿੰਡ ਦਾ ਵਿਵਾਦ ਦੇਖਿਆ ਸੀ, ਇੱਕ ਨਿਹੰਗ ਸਿੰਘ ਦੇ ਪਹਿਲੋਂ ਕਿਸੇ ਨੇ ਦੁਬਾਲਾ ਵਧਾਇਆ, ਕੇਸ ਪੁੱਟੇ, ਬਾਅਦ 'ਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਉਹ ਬੰਦਾ ਗਲਤ ਬੋਲਿਆ ਸੀ, ਫਿਰ ਸਿੰਘਾਂ ਵੱਲੋਂ ਉਹਨੂੰ ਸਜ਼ਾਵਾਂ ਦੂਜੀਆਂ ਵੀ ਦਿੱਤੀਆਂ ਗਈਆਂ। ਇਸ ਕਰਕੇ ਬਾਣੇ ਦਾ ਵੀ ਆਪਾਂ ਸਤਿਕਾਰ ਕਰੋ, ਜਿਹੜਾ ਗੁਰੂ ਗੋਬਿੰਦ ਸਿੰਘ ਦੇ ਬਾਣੇ ਵਾਲਾ ਬੜੀ ਚੜ੍ਹਦੀ ਕਲਾ ਦਾ ਸਿੰਘ ਆ, ਅਤੇ ਗੁਰੂ ਮਹਾਰਾਜ ਦੀ ਬਾਣੀ ਦਾ ਧਿਆਨ ਦੇਵੇ, ਬਾਣੇ ਦਾ ਧਿਆਨ ਦੇਵੇ, ਕਿਉਂਕਿ ਬਾਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ, ਕਲਗੀਆਂ ਵਾਲੇ ਪਾਤਸ਼ਾਹ ਦਾ ਬਾਣਾ ਹੈ। ਤਕੜੇ ਹੋ ਕੇ ਆਪਾਂ ਬਾਣਾ ਦੀ ਬਾਣੀ ਦੀ ਮਰਿਆਦਾ ਨੂੰ ਸਮਝੀਏ, ਅਤੇ ਚੜ੍ਹਦੀ ਕਲਾ 'ਚ ਰਹਿ ਕੇ ਆਪਾਂ ਬੰਦੀ ਸਿੰਘਾਂ ਦਾ ਵੀ ਸਾਥ ਦਈਏ, ਜਿਹੜੇ ਜੇਲ੍ਹਾਂ 'ਚ ਨੇ, ਇੱਥੇ ਗੁਰੂ ਗ੍ਰੰਥ ਸਾਹਿਬ ਦੀ ਵਿਧੀਵਿਆ ਦੇ ਇਨਸਾਫ ਵਾਸਤੇ ਵੀ ਮੋਰਚਾ ਲੱਗਾ ਹੋਏ, ਸਾਰੇ ਆਪਾਂ ਚੜ੍ਹਦੀ ਕਲਾ ਦੀ ਗੱਲ ਕਰੀਏ। ਅਤੇ ਬਾਕੀ ਆ ਨਿਹੰਗ ਸਿੰਘ ਜਿਨ੍ਹਾਂ ਨੂੰ ਇੱਥੇ ਪੰਥ ਵੱਲੋਂ ਸਜ਼ਾ ਲਾਈ ਗਈ ਹੈ, ਜਿਹੜੀ ਇਹਨਾਂ ਨੇ ਗਲਤੀ ਕੀਤੀ ਸੀ ਉਹ ਤੁਸੀਂ ਸਾਰੇ ਵੀਡੀਓ 'ਚ ਦੇਖ ਸਕਦੇ ਜੇ, ਅਤੇ ਬੜੀ ਚੜ੍ਹਦੀ ਕਲਾ 'ਚ ਇਹਨਾਂ ਨੂੰ ਅੱਜ ਜਿਹੜੀ ਇਹਨਾਂ ਨੇ ਗਲਤੀ ਕੀਤੀ ਉਹ ਪੰਥ ਵੱਲੋਂ ਸਜ਼ਾਵਾਂ ਲਾਈਆਂ ਗਈਆਂ ਮਰਿਆਦਾ ਅਨੁਸਾਰ, ਅਤੇ ਗਾਂ ਜੇ ਗਲਤੀ ਕਰੇਗਾ ਗਾਂ ਤੋਂ ਸੰਗਲ ਵੀ ਲਾਇਆ ਜਾਏਗਾ ਪੰਥ ਵੱਲੋਂ। ਅਤੇ ਸਾਰੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।